ਤੁਸੀਂ ਦੇਖ ਰਹੇ ਸਕਾਈ ਨਿਊਜ਼ ਪੰਜਾਬ ਚੈਨਲ ਤੇ ਮੈਂ ਹਾਂ ਬਿਨੂ ਸ਼ਰਮਾ। ਫਿਲਮ ਬਲੈਕ ਈਅਰ 2 ਦੇ ਪ੍ਰੀਮੀਅਰ ਤੇ ਪਹੁੰਚੇ ਹਾਂ। ਫਿਲਮ 8 ਮਾਰਚ ਨੂੰ ਰਿਲੀਜ਼ ਹੈ। ਖਾਸ ਮੌਕੇ ਤੇ ਡਾਇਰੈਕਟਰ ਵਿਵੇਕ ਹੋਰੀ ਜੀ ਮੇਰੇ ਨਾਲ ਮੌਜੂਦ ਨੇ। ਖਾਸ ਮੌਕੇ ਤੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਫਿਲਮ ਵਿੱਚ ਕਾਫੀ ਕੁਝ ਖਾਸ ਹੈ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਗੁੱਡ ਈਵਨਿੰਗ ਮੈਮ। ਮੈਂ ਡਾਇਰੈਕਟਰ ਨਹੀਂ, ਪ੍ਰੋਡਿਊਸਰ ਹੈ ਆਫ ਦੀ ਫਿਲਮ। ਡਾਇਰੈਕਟਰ ਨਵਨੀਤ ਸਿੰਘ ਹੈ ਤੇ ਨਵਨੀਤ ਸਿੰਘ ਉਹਨਾਂ ਨੇ ਡਾਇਰੈਕਟ ਕੀਤੀ ਔਰ ਅਸੀਂ ਉਹਨਾਂ ਦੇ ਨਾਲ ਆਲਰੇਡੀ 5-6 ਫਿਲਮਾਂ ਕਰ ਚੁੱਕੇ ਹੈਗੇ। ਇਹ ਉਹਨਾਂ ਦੀ ਸਾਡੇ ਨਾਲ 5ਵੀਂ ਮੂਵੀ ਹੈ ਔਰ ਬਲੈਕ ਈਅਰ 2 ਕੱਲ੍ਹ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਅੱਜ ਪ੍ਰੀਮੀਅਰ ਤੇ ਅੱਜ ਇੱਥੇ ਸਭ ਆਏ ਹੈਗੇ ਤੇ ਸਭ ਬਹੁਤ ਅੱਛਾ ਰਿਸਪੋਂਸ ਮਿਲ ਰਿਹਾ ਹੈਗਾ ਔਰ ਆਡੀਅੰਸ ਨੂੰ ਵੀ ਪਸੰਦ ਆਊਗੀ ਕਿਉਂਕਿ ਜਿਸ ਤਰ੍ਹਾਂ ਵੀ ਅਸੀਂ ਟੈਕਨੀਕਲ ਟੀਮ ਲਿੱਤੀ ਹੈਗੀ, ਡਾਇਰੈਕਟਰ ਲੈ ਲਓ, DOP ਲੈ ਲਓ, ਐਕਸ਼ਨ ਮਾਸਟਰ ਲੈ ਲਓ, ਬੈਕਗਰਾਊਂਡ ਸਕੋਰ ਲੈ ਲਓ, ਟ੍ਰੇਲਰ ਵਿੱਕੀ ਵਿਜੂਅਲ ਪ੍ਰੋਮੋ ਜਿਹਨੇ ਕੀਤਾ, ਐਡੀਟਿੰਗ ਲੈ ਲਓ ਰੋਹਿਤ ਜੀ ਨੇ, ਸਭ ਨੇ ਮਤਲਬ ਆਪਣੇ ਆਪਣੇ ਲੈਵਲ 'ਤੇ ਕੰਮ ਵਧੀਆ ਕੀਤਾ ਔਰ ਐਕਟਰਸ ਲੈ ਲਓ ਆਫ ਦੀ ਫਿਲਮ। ਐਫਰਟ ਇਹ ਤਾਂ ਜ਼ਿਆਦਾ ਹੋਇਆ ਬਲੈਕ ਈਅਰ 2 ਕਿਉਂਕਿ ਸੀਕੁਅਲ 'ਤੇ ਬਹੁਤ ਡਬਲ ਟ੍ਰਿਪਲ ਐਫਰਟ ਲੱਗਦਾ ਹੈ ਅਤੇ ਤੁਸੀਂ ਜਿਹੜੇ ਇੱਕ ਐਕਟਰ ਲਿੱਤੇ ਨੇ ਗੌਰਵ, ਉਹ ਬੋਂਬੇ ਦੇ ਨੇ। ਉਹ ਕਰੈਕਟਰ ਸਾਨੂੰ ਉੱਦਾਂ ਦਾ ਚਾਹੀਦਾ ਸੀ। ਗੌਰਵ ਚੋਪੜਾ ਉਹਨਾਂ ਨੇ ਬਹੁਤ ਛੋਟਾ ਚੰਕ ਹੈਗਾ ਔਰ ਸਾਨੂੰ ਲੱਗਦਾ ਸੀ ਉਸ ਕਰੈਕਟਰ ਨੂੰ ਬਹੁਤ ਸੂਟੇਬਲ ਹੈ ਔਰ ਕੀਤਾ ਪਿਓਰਲੀ ਔਨ ਕਰੈਕਟਰ ਜਿਹੜਾ ਸੂਟੇਬਲ ਸੀਗਾ ਔਨ ਦੀ ਸਬਜੈਕਟ, ਉਹੀ ਸਿਲੈਕਸ਼ਨ ਕੀਤੀ ਨਵਨੀਤ ਉਹਨਾਂ ਨੇ ਔਰ ਅਸੀਂ ਤਾਂ ਮਤਲਬ ਸਬਜੈਕਟ ਨਾਲ ਪਲੇ ਨਹੀਂ ਕਰਦੇ। ਜਦੋਂ ਔਨ ਪੇਪਰ ਫਾਈਨਲ ਹੋ ਗਿਆ ਤਾਂ ਜਿੱਦਾਂ ਜਿੱਦਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਉਦੋਂ ਉਦਾਂ ਦੀ ਆਪਾਂ ਕਰੈਕਟਰਾਈਜੇਸ਼ਨ ਸਿਲੈਕਟ ਕਰਦੇ। ਕਿ ਜਿਹੜੀ ਬਾਲੀਵੁੱਡ ਨੂੰ ਇਹ ਫਿਲਮ ਟੱਕਰ, ਉਸ ਤੋਂ ਡਬਲ ਟ੍ਰਿਪਲ ਲੈਵਲ ਦਿਖਾਇਆ ਤੁਸੀਂ। ਐਕਸ਼ਨ ਵਾਈਜ਼ ਆਪਾਂ ਗੱਲ ਕਰੀਏ, ਕਨਸੈਪਟ ਵਾਈਜ਼ ਗੱਲ ਕਰੀਏ ਤਾਂ ਦੇਵ ਖਰੋੜ ਦਾ ਐਕਟਿੰਗ ਬਾ ਕਮਾਲ ਹੈ। ਦੇਵ ਖਰੋੜ ਸ਼ੁਰੂ ਤੋਂ ਹੀ ਬਹੁਤ ਵਧੀਆ ਐਕਟਰ ਹੈ ਔਰ ਟੈਲੈਂਟ ਕੁੱਟ ਕੁੱਟ ਕੇ ਭਰਿਆ ਹੈ ਔਰ ਉਹਦਾ ਰੋਜ਼ੀ ਰੋਟੀ ਐਕਟਿੰਗ ਹੈ ਔਰ ਜਿੰਨੋਂ ਐਫਰਟ ਸਕ੍ਰਿਪਟਿੰਗ ਅਤੇ ਕਰੈਕਟਰ ਦੇ ਵਿੱਚ ਲਗਾਉਂਦਾ, ਸਿਲੈਕਸ਼ਨ ਆਫ ਸੀਨਸ ਦੇ ਵਿੱਚ ਲਗਾਉਂਦਾ, ਡਾਇਲੈਕਟਸ 'ਚ ਬੈਠਦਾ, ਮਤਲਬ ਇੰਨਾ ਜਲਦੀ ਕੋਈ ਇਨਵੋਲਵਮੈਂਟ ਐਕਟਰ ਮੈਂ ਘੱਟ ਦੇਖਿਆ ਜਿਹੜੇ ਕਿ ਇੰਨੇ ਇਨ ਡੀਪ ਰੂਟਸ 'ਤੇ ਜਾਂਦੇ ਹੈਗੇ। ਦੇ ਬਹੁਤ ਇਨ, ਚਾਹੇ ਉਹ ਸਕ੍ਰਿਪਟਿੰਗ ਹੋਵੇ, ਚਾਹੇ ਉਹ ਐਕਟਿੰਗ ਹੋਵੇ, ਚਾਹੇ ਉਹ ਮਾਰਕੀਟਿੰਗ ਪਲੈਨ ਹੋਵੇ, ਚਾਹੇ ਉਹ ਡਿਸਟ੍ਰੀਬਿਊਸ਼ਨ ਹੋਵੇ, ਹਰ ਜਗ੍ਹਾ ਇਨਵੋਲਵ ਰਹਿੰਦਾ 360 ਡਿਗਰੀ। ਸਟੋਰੀ ਦਾ ਜਿਹੜੀ ਐਫਰਟ ਹੋਇਆ ਉਹ ਤਾਂ ਆਪਾਂ ਦੇਖ ਹੀ ਸਕਦੇ ਹਾਂ ਸਕਰੀਨ 'ਤੇ। ਬਹੁਤ ਤੁਸੀਂ ਹਾਰਡ ਵਰਕ ਕੀਤਾ, ਨੋ ਡਾਊਟ। ਹਰ ਫਿਲਮ ਕੁਝ ਨਾ ਕੁਝ ਨਵਾਂ ਹੀ ਲੈ ਕੇ ਆਉਂਦੇ ਹੋ। ਇੱਕ ਪੰਜਾਬੀ ਇੰਡਸਟਰੀ ਵਿੱਚ ਅਜਿਹਾ ਕਨਸੈਪਟ ਹੈ ਜਿਹੜਾ ਹਾਲ ਤੱਕ ਲੱਗਦਾ ਨਹੀਂ ਕੋਈ ਲੈ ਕੇ ਆ, ਕਿਸੇ ਨੇ ਚੁੱਕਿਆ, ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਮੈਮ ਸਬਜੈਕਟ ਇੰਦਰਪਾਲ ਸਿੰਘ ਔਰ ਗੁਰਪ੍ਰੀਤ ਸੱਜੀ ਦੋ ਰਾਈਟਰ ਹੈ ਜਿਨ੍ਹਾਂ ਨੇ ਕੀਤਾ ਹੈਗਾ। ਇੰਦਰਪਾਲ ਸਿੰਘ ਉਹਨਾਂ ਦਾ ਸਕਰੀਨ ਪਲੇਅਰ ਹੈਗਾ ਐਂਡ ਡਾਇਲੈਕਟਸ ਹੈ ਅਤੇ ਗੁਰਪ੍ਰੀਤ ਸੱਜੀ ਐਡੀਸ਼ਨਲ ਡਾਇਲੈਗ ਹੈ। ਸਟੋਰੀ ਦੇਵ ਖਰੋੜ ਦੀ ਹੈ ਜਿਨ੍ਹਾਂ ਨੇ ਆਈਡੀਆ ਦਿੱਤਾ ਕਿ ਇਸ ਆਈਡੀਆ 'ਤੇ ਆਪਾਂ ਕੰਮ ਕਰਨਾ ਹੈਗਾ। ਆਈਡੀਆ ਉਹਨਾਂ ਦਾ ਸੀਗਾ ਸਟੋਰੀ, ਬਾਕੀ ਸਾਰੀ ਟੀਮ ਐਫਰਟ ਹੁੰਦਾ। ਇਟ ਇਜ਼ ਨੋਟ ਏ ਵਨ ਮੈਨ ਸ਼ੋ ਐਂਡ ਵਨ ਮੈਨ ਐਫਰਟ ਨਹੀਂ ਹੁੰਦਾ, ਸਾਰੀ ਟੀਮ ਹੈ। ਹਰ ਬੰਦੇ ਦੀ ਮਿਹਨਤ ਬਹੁਤ ਲੱਗੀ ਹੋਈ, ਹਰ ਬੰਦੇ ਨੇ ਆਪਣੇ ਆਪਣੇ ਲੈਵਲ 'ਤੇ ਫੁੱਲ ਯੋਗਦਾਨ ਦਿੱਤਾ। ਜਿੱਦਾਂ ਰੋਹਿਤ ਸ਼ੈੱਟੀ ਜਾਣੇ ਜਾਂਦੇ ਨੇ ਸੀਕੁਅਲਸ ਲਈ ਬਾਲੀਵੁੱਡ ਵਿੱਚ, ਲੱਗਦਾ ਕਿ ਹੁਣ ਬਲੈਕ ਈਅਰ 3 ਦੀ ਉਮੀਦ ਵੀ ਆਪਾਂ ਕਰ ਸਕਦੇ ਹਾਂ ਇਸ ਤੋਂ ਬਾਅਦ? ਇਹੀ ਅਸੀਂ ਆਡੀਅੰਸ ਨੂੰ ਕਹਾਂਗੇ। ਅੱਜ ਤਾਂ 7 ਨੂੰ ਪ੍ਰੀਮੀਅਰ ਹੈ, 8 ਨੂੰ ਆਡੀਅੰਸ ਨੂੰ ਸਪੋਰਟ ਕਰੇ। ਓਪਨਿੰਗ 'ਤੇ ਹੈ, ਕਲੈਕਸ਼ਨ 'ਤੇ ਹੈ, ਵੇਰੀਅਸ ਚੀਜ਼ਾਂ ਹੈਗੀਆਂ ਜਿਹਦੇ ਨਾਲ ਲਿੰਕਡ ਹੁੰਦੀਆਂ ਔਰ ਮੈਨੂੰ ਲੱਗਦਾ ਕਿ ਜੋ ਰਿਸਪੋਂਸ ਆ ਰਿਹਾ ਉਹ ਬਹੁਤ ਵਧੀਆ ਆ ਰਿਹਾ ਔਰ ਜਲਦੀ 3 ਵੀ ਦੇਖੋਗੇ। ਤਾਂ ਤੁਸੀਂ ਦੇਖਿਆ ਸੀ ਕਿ ਮੇਰੇ ਨਾਲ ਪ੍ਰੋਡਿਊਸਰ ਵਿਵੇਕ ਹੋਰੀ ਜਿਨ੍ਹਾਂ ਨੇ ਖਾਸ ਮੌਕੇ 'ਤੇ ਗੱਲਬਾਤ ਕੀਤੀ। ਬਲੈਕ ਈਅਰ 2 ਬਹੁਤ ਸੋਹਣੀ ਫਿਲਮ ਬਣਾਈ, 8 ਮਾਰਚ ਨੂੰ ਯਾਨੀ ਕਿ ਸ਼ਿਵਰਾਤਰੀ ਸ਼ੁੱਭ ਮੌਕੇ 'ਤੇ ਫਿਲਮ ਰਿਲੀਜ਼ ਹੋਣ ਜਾ ਰਹੀ ਸਿਨੇਮਾਘਰਾਂ ਵਿੱਚ। ਜੇਕਰ ਦੇਵ ਖਰੋੜ ਦੀ ਐਕਟਿੰਗ ਦੀ ਗੱਲ ਕਰੀਏ ਉਹ ਬਾ ਕਮਾਲ ਹੈ ਕਿਉਂਕਿ ਸੀਕੁਅਲ ਹੈ। ਹੋ ਸਕਦਾ ਬਲੈਕ ਈਅਰ 3 ਵੀ ਆ ਜਾਵੇ ਪਰ ਉਹਦੇ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ। 8 ਮਾਰਚ ਨੂੰ ਬਲੈਕ ਈਅਰ 2 ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਕੈਮਰਾਮੈਨ ਅੰਕਿਤ ਦੇ ਨਾਲ ਸਕਾਈ ਨਿਊਜ਼ ਪੰਜਾਬ ਲਈ ਮੋਹਾਲੀ ਤੋਂ ਬਿਨੂ ਸ਼ਰਮਾ।